ਡਾਇਟਸ ਨੇ, ਡਾਕਟਰਸ ਨੇ, ਪਤਾ ਨਹੀਂ ਕੌਣ ਅੱਗੇ ਵੱਧਦਾ, ਹਰ ਇੱਕ ਦੀ ਕਿਸਮਤ ਹੈ। ਸਾਡਾ ਫਰਜ਼ ਹੈ ਸਿਰਫ ਮਿਹਨਤ ਕਰਨਾ। ਸਾਨੂੰ ਨਹੀਂ ਪਤਾ ਕਿ ਸਾਨੂੰ ਕਦੋਂ ਰੱਬ ਨੇ ਬਾਹ ਫੜ ਲੈਣੀ, ਬਸ ਮੈਂ ਮਿਹਨਤ ਕਰ ਰਿਹਾ, ਮੈਨੂੰ ਨਹੀਂ ਪਤਾ ਮੈਨੂੰ ਸਟਰਗਲ ਪੀਰੀਅਡ ਥਾ ਉਸ ਮੇ ਯੂ ਵਰ ਇਨਟੂ ਸਿੰਗਿੰਗ ਓਨਲੀ ਔਰ ਯੂ ਵਰ ਡੂਇੰਗ ਸਮਥਿੰਗ ਅਦਰ। ਮੈਂ ਬੀਐਸਸੀ ਇੰਟੀਰੀਅਰ ਡਿਜ਼ਾਈਨਿੰਗ ਕੀਤੀ ਇੱਥੇ ਚੰਡੀਗੜ੍ਹ ਤੋਂ ਆਈਐਨਆਈਟੀ ਤੋਂ। ਹਾਂਜੀ ਹਾਂਜੀ, 3 ਸਾਲ ਨਾਲ ਪੜ੍ਹਦਾ ਵੀ ਰਿਹਾ, ਫਿਰ ਉਸੇ ਦੌਰਾਨ ਮੈਂ ਵੌਇਸ ਆਫ ਪੰਜਾਬ ਦੇ ਵਿੱਚ ਗਿਆ ਸੀ, ਉਹ ਵੀ ਮੇਰੀ ਮਿਹਨਤ ਸੀਗੀ ਜਿਹੜਾ ਮੈਂ ਟੌਪ 5 ਦੇ ਵਿੱਚ ਪਹੁੰਚ ਗਿਆ ਅਤੇ ਬਹੁਤ ਅੱਛਾ ਪਿਆਰ ਮਿਲਿਆ। ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਹਾਂ ਐਜ਼ ਅ ਪ੍ਰੋਫੈਸ਼ਨਲ ਮੈਂ ਇਸ ਲਾਈਨ 'ਚ ਆ ਜਾਵਾਂ। ਟੀ ਸੀਰੀਜ਼ ਮੇਰੇ ਨਾਲ ਸ਼ੁਰੂ ਤੋਂ ਜਿਹੜੀ ਹੋਈ ਸਪਾਂਸਰ ਕਰਦੀ ਹੈ ਜੇ ਤੁਸੀਂ ਆਪਣਾ ਪੈਸਾ ਲਾਉਂਦੇ ਹੋ ਫਿਰ। ਮੈਂ ਟੀ ਸੀਰੀਜ਼ ਦਾ ਬਹੁਤ ਥੈਂਕਸ ਕਰਨਾ ਚਾਹੁੰਦਾ, ਮੈਂ ਹੁਣ ਟੀ ਸੀਰੀਜ਼ ਨਾਲ ਟੀ ਸੀਰੀਜ਼ ਦਾ ਸਾਈਨਡ ਆਰਟਿਸਟ ਹਾਂ। ਹਾਂਜੀ, ਮੈਂ ਪਿਛਲੇ ਸਾਲ ਹੀ ਸਾਈਨ ਹੋਇਆ ਉਹਨਾਂ ਨਾਲ ਅਤੇ ਉਸ ਤੋਂ ਪਹਿਲਾਂ ਉਹ ਸਪਾਂਸਰ ਕਰ ਰਹੇ ਹੋਣੇ ਸਾਰਾ ਜਿਹੜੇ ਉਹਨਾਂ ਦੇ। ਦੇਖੋ ਸ਼ੁਰੂਆਤ ਹੈ, ਇੱਕ ਮੇਰਾ ਗੋਲ ਮੈਂ ਜਿਹੜਾ ਰੱਖਿਆ ਹੋਇਆ ਬਹੁਤ ਦੂਰ ਹੈ, ਮੈਂ ਹਜੇ ਨਹੀਂ ਰਿਵੀਲ ਕਰਦਾ, ਬਹੁਤ ਅੱਗੇ ਜਾਣਾ, ਅਜੇ ਤਾਂ ਸ਼ੁਰੂਆਤ ਕੀਤੀ ਹੈ ਅੱਛੀ। ਅਤੇ ਮੇਰਾ ਮੰਨਣਾ ਇਹ ਹੈ ਕਿ ਟਾਰਗੇਟ ਤਾਂ ਕੋਈ ਹਜੇ ਮੇਰਾ ਕੋਈ ਇੱਦਾਂ ਨਹੀਂ, ਮੈਂ ਪ੍ਰੋਪਰ ਟਾਰਗੇਟ ਰੱਖਿਆ ਹੋਇਆ, ਮੈਂ ਪਰ ਐਨਮ ਦਾ ਇੰਨਾ ਰੱਖਿਆ, ਬਸ ਕੰਮ ਕਰ ਰਹੇ ਹਾਂ ਜੀ, ਜੋ ਮਿਲ ਜਾਊਗਾ ਅਸੀਂ ਉਹਦੇ 'ਚ ਖੁਸ਼। ਜੀ ਸਰ, ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਕਰਨ ਸਿੰਘ ਵੀ। ਕਰਨ ਜੀ, ਅੱਜ ਤੁਸੀਂ ਪ੍ਰੈਸ ਕਲੱਬ 'ਚ ਆਏ ਹੋ ਆਪਣਾ ਸੌਂਗ ਲੈ ਕੇ, ਅਤੇ ਇੱਕ ਕਿੰਨੇ ਮਿੰਟ ਦਾ ਤੁਹਾਡਾ ਸੌਂਗ ਹੈਗਾ ਅਤੇ ਕੀ ਟਾਈਟਲ ਰੱਖਿਆ ਹੈਗਾ? 3 ਮਿੰਟ 30 ਸੈਕਿੰਡ ਦਾ ਗਾਣਾ ਜੀ, ਬੌਮਸ਼ੈਲ ਟਾਈਟਲ। ਅਤੇ ਕਿਆ ਥੀਮ ਲੈ ਕੇ ਇਹ ਗਾਣਾ ਬਣਾਇਆ ਗਿਆ? ਬੀਟ ਸੌਂਗ ਹੈ ਜਾਂ ਰੋਮਾਂਟਿਕ ਹੈ? ਪ੍ਰੋਪਰ ਬੀਟ ਸੌਂਗ ਹੈ ਜੀ, ਅਤੇ ਥੀਮ ਇਹਦਾ ਇਹ ਹੈ ਕਿ ਇਹਦੇ ਵਿੱਚ ਇੱਕ ਕੁੜੀ ਦੀ ਤਾਰੀਫ ਕੀਤੀ ਗਈ ਹੈ, ਇੱਕ ਸ਼ਬਦ ਜਿਹੜਾ ਬੌਮਸ਼ੈਲ ਹੈ। ਇਹ ਬੌਮਸ਼ੈਲ ਦਾ ਮਤਲਬ ਇਹ ਹੁੰਦਾ ਜਿਹੜੀ ਸਾਨੂੰ ਕੋਈ ਲੇਡੀ ਜਾਂ ਕੁੜੀ ਸਾਨੂੰ ਜਿਹੜੀ ਅਟਰੈਕਟ ਕਰਦੀ ਹੈ, ਇੱਕ ਅਟਰੈਕਟਿਵ ਵੂਮਨ ਬੌਮਸ਼ੈਲ ਕਹਿੰਦੇ ਆ, ਅਤੇ ਅਸੀਂ ਕੁੜੀ ਦੀ ਤਾਰੀਫ ਕੀਤੀ ਗਈ ਹੈ ਇਹਦੇ ਵਿੱਚ। ਅਤੇ ਥੀਮ ਜਿਹੜਾ ਹੈਗਾ ਇਹਦੇ ਵਿੱਚ ਇਹ ਰੱਖਿਆ ਹੋਇਆ ਕਿ ਅਸੀਂ ਥੋੜ੍ਹਾ ਜਿਹਾ ਇਹ ਗਾਣੇ ਜੋ ਲਿਰਿਕਸ ਨੇ ਅੱਗੇ ਅੰਤਰੇ ਦੇ ਵਿੱਚ ਉਹਦੇ ਵਿੱਚ ਥੋੜ੍ਹਾ ਜਿਹਾ ਐਟੀਟਿਊਡ ਆ, ਗੱਲਾਂ ਅੱਛੀਆਂ ਲਿਖੀਆਂ ਹੋਈਆਂ ਨੇ, ਅਤੇ ਉਹਦੇ ਬਿਹਾਫ 'ਤੇ ਅਸੀਂ ਆਫ ਰੋਡਿੰਗ ਦੇ ਸੀਨਸ ਕੁਛ ਪਾਏ ਆ ਜਿਹੜੇ ਅੱਜ ਕੱਲ੍ਹ ਦੇ ਯੂਥ ਨੂੰ ਸਾਰਿਆਂ ਨੂੰ ਪਸੰਦ ਹੈ, ਅਤੇ ਬਾਕੀ ਪਰਫੋਰਮੈਂਸ ਬੇਸਡ ਅਸੀਂ ਪਰਫੋਰਮ ਕੀਤਾ। ਅਤੇ ਇਹ ਗਾਣੇ ਲਿਖਿਆ ਕਿਹਨੇ ਹੈ ਅਤੇ ਮਿਊਜ਼ਿਕ ਕਿਹਨੇ ਦਿੱਤਾ? ਇਹ ਜੀ ਲਿਖਿਆ ਮੇਰੇ ਵੀਰ ਅਮਨ ਗਰਿਆਲ ਨੇ ਲੁਧਿਆਣੇ ਤੋਂ, ਅਤੇ ਇਹਨਾਂ ਦਾ ਮਿਊਜ਼ਿਕ ਕੀਤਾ ਹੈ ਪ੍ਰੀਤ ਹੁੰਦਲ ਮੋਹਾਲੀ ਤੋਂ, ਅਤੇ ਜਸ਼ਨ ਨੰਨੜ ਓਨਲੀ ਜਸ਼ਨ ਜਿਹੜੇ ਹੈਗੇ ਉਹਨਾਂ ਨੇ ਵੀਡੀਓ ਕੀਤਾ, ਟੀ ਸੀਰੀਜ਼ ਤੋਂ ਲਾਂਚ ਹੋਇਆ। ਦੋ ਬੋਲ ਆਪਣੇ ਇਸ ਗਾਣੇ ਦੇ ਤੁਸੀਂ ਸੁਣਾਏ। ਹੋ ਯਾਰਾਂ ਦਾ ਗਰੁੱਪ ਹਿੱਟ ਗੈਂਗ ਹੋ ਗਿਆ, ਦੇਸੀ ਮੁੰਡੇ ਸ਼ਹਿਰ 'ਚ ਸਲੈਂਗ ਹੋ ਗਿਆ। ਯਾਰਾਂ ਦਾ ਗਰੁੱਪ ਹਿੱਟ ਗੈਂਗ ਹੋ ਗਿਆ, ਦੇਸੀ ਮੁੰਡੇ ਸ਼ਹਿਰ 'ਚ ਸਲੈਂਗ ਹੋ ਗਿਆ। ਉਹ ਪੱਟ ਪੱਟ ਛੱਡੀਆਂ ਬਲੌਂਡ ਗੋਰੀਆਂ, ਤੇਰੇ ਉੱਤੇ ਆ ਕੇ ਦਿਲ ਹੈਂਗ ਹੋ ਗਿਆ। ਕੁੜੀ ਜਾਵੇ ਨਾ ਸੰਭਾਲੀ ਮਿਸਟੀਰੀਅਸ ਵਾਲੀ, ਤੇਰੀ ਅੱਖ ਦੀ ਦਨਾਲੀ ਕਿਲ ਬਿਲ ਬੱਲੀਏ, ਬੰਬ ਤੇਰਾ ਯਾਰ ਬੰਬ ਸ਼ੈਲ ਬੱਲੀਏ, ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ। ਉਹ ਬੰਬ ਤੇਰਾ ਯਾਰ ਬੰਬ ਸ਼ੈਲ ਬੱਲੀਏ, ਤੇਰੇ ਉੱਤੋਂ ਵਾਰਦਾ ਏ ਦਿਲ ਬੱਲੀਏ। ਹੁਣੇ ਰਿਲੀਜ਼ ਹੋਣਾ ਹੈ ਅੱਜ ਜਾਂ ਹੋ ਗਿਆ ਜੀ? 28 ਮਾਰਚ ਨੂੰ ਰਿਲੀਜ਼ ਹੋ ਗਿਆ ਹੈ ਤੇ 1.5 ਮਿਲੀਅਨ ਹੋ ਗਏ 4 ਡੇਜ਼। ਤੇ ਇਹ ਕਿਹੜੇ-ਕਿਹੜੇ ਚੈਨਲ ਆ ਤੇ ਫਿਲਹਾਲ? ਇਹ ਐਕਸਕਲੂਸਿਵ ਜੀ ਟਚਨ ਤੇ ਖੁੱਲਿਆ, ਤੇ ਬਾਕੀ ਅੱਜ ਤੋਂ ਮੇਰਾ ਖਿਆਲ ਸਾਰੇ ਚੈਨਲਸ ਤੇ ਬਾਕੀ ਹੋ ਜਾਏ। ਥੈਂਕ ਯੂ, ਥੈਂਕ ਯੂ।